ਅੱਜ ਡੀਅਰ ਸਟੂਡੈਂਟਸ ਹਰਫ਼ ਪੰਜਾਬੀ ਨਾਲ ਜੁੜਨ ਲਈ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਔਰ ਤੁਹਾਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ। ਮੈਂ BA BCOM BSc ਸਮੈਸਟਰ ਤੀਜਾ ਦੇ ਗ੍ਰਾਮਰ ਦੇ ਸਿਲੇਬਸ ਦਾ ਗੱਲਬਾਤ ਕਰ ਰਹੀ ਹਾਂ, ਜਿਸ ਦੇ ਵਿੱਚ ਬਾਕੀ ਵੀਡੀਓ ਵੀ ਤੁਸੀਂ ਇਸ ਦੇ ਨਾਲ ਵੇਖ ਸਕਦੇ ਹੋ। ਇਹਦਾ ਨਾਲ ਮੈਂ ਲਿੰਕ ਬਾਕੀ ਵੀਡੀਓਜ਼ ਦਾ ਪਾ ਦਾਂਗੀ। ਗ੍ਰਾਮਰ ਦਾ ਭਾਵੰਸ਼, ਗ੍ਰਾਮਰ ਦਾ ਸਭ ਤੋਂ ਪਹਿਲਾ ਪ੍ਰਸ਼ਨ ਹੈਗਾ BA BSc ਸਮੈਸਟਰ ਥਰਡ ਦਾ, ਜਿਹੜਾ ਕਿ ਜਨਰਲ ਪੰਜਾਬੀ ਦੇ ਵਿੱਚ 20 ਅੰਕਾਂ ਦੇ ਅਨੁਸਾਰ ਹੈ। ਤੇ ਪਿਆਰੇ ਵਿਦਿਆਰਥੀਓ, ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ। ਭਾਵੰਸ਼ ਭਾਸ਼ਾ ਦੀ, ਇਹ ਮੈਂ ਜਿਸ ਪੁਸਤਕ ਤੋਂ ਸਹਾਇਤਾ ਲੈ ਰਹੀ ਹਾਂ, ਮੈਂ ਦੱਸਣਾ ਚਾਹਾਂਗੀ, ਇਹ ਮਿੰਨੀ ਸਲਵਾਨ ਦੀ ਪੁਸਤਕ ਹੈ, ਪੰਜਾਬੀ ਵਿਆਕਰਨ ਦੇ ਮੁੱਢਲੇ ਸੰਕਲਪ। ਤੇ ਧੰਨਵਾਦ ਸਹਿਤ ਮੈਂ ਇਹ ਨੋਟਸ ਉੱਥੋਂ ਲੈ ਕੇ ਤੁਹਾਡੇ ਨਾਲ ਸਾਂਝਾ ਕਰ ਰਹੀ ਹਾਂ। ਤੇ ਭਾਵੰਸ਼ ਭਾਸ਼ਾ ਦੀ ਛੋਟੀ ਤੋਂ ਛੋਟੀ ਸਾਰਥਕ ਇਕਾਈ ਹੈ। ਹੁਣ ਇਸ ਇਹਦੇ ਵਿੱਚ ਸਾਰੀਆਂ ਗੱਲਾਂ ਸਮਝੋ। ਸਾਰਥਕ ਦਾ ਮਤਲਬ ਅਰਥਪੂਰਨ, ਇਕਾਈ ਮਤਲਬ ਜਿਹੜੀ ਸੁਤੰਤਰ ਤੌਰ ਤੇ ਆ ਸਕਦੀ ਹੈ, ਤੇ ਭਾਵੰਸ਼ ਦਾ ਮਤਲਬ ਭਾਵ ਦਾ ਅੰਸ਼, ਭਾਵ ਬਹੁਤ ਛੋਟੇ ਤੋਂ ਛੋਟਾ ਅੰਸ਼ ਜਿਹੜਾ ਕਿ ਕੋਈ ਭਾਵ ਪ੍ਰਗਟ ਕਰਦਾ ਹੋ। ਇਹ ਸ਼ਬਦ ਛੋਟੀ ਅਜਿਹੀ ਸਾਰਥਕ ਇਕਾਈ ਹੁੰਦੀ ਹੈ ਜਿਸ ਨੂੰ ਹੋਰ ਸਾਰਥਕ ਹਿੱਸਿਆਂ 'ਚ ਵੰਡਿਆ ਨਹੀਂ ਜਾ ਸਕਦਾ। ਮੈਂ ਉਦਾਹਰਨਾਂ ਸਹਿਤ ਦੱਸਾਂਗੀ ਅੱਗੇ ਜਾ ਕੇ। ਭਾਵੰਸ਼ ਆਪਣੇ ਆਪ ਵਿੱਚ ਅਰਥਪੂਰਨ ਇਕਾਈ ਹੈ। ਇਸ ਤਰ੍ਹਾਂ ਭਾਸ਼ਾ ਦੀ ਛੋਟੀ ਤੋਂ ਛੋਟੀ ਸਾਰਥਕ ਅਤੇ ਅਰਥਪੂਰਨ ਇਕਾਈ ਨੂੰ ਭਾਵੰਸ਼ ਕਹਿੰਦੇ ਹਨ। ਭਾਵ ਇੱਕ ਤਾਂ ਇਹ ਛੋਟੀ ਤੋਂ ਛੋਟੀ ਹੈ, ਦੂਜੀ ਅਰਥਪੂਰਨ ਹੈ। ਭਾਵੰਸ਼ ਜਿਵੇਂ ਮੈਂ ਇੱਥੇ ਦੱਸ ਦਵਾਂ, ਜਿਵੇਂ ਆਪਾਂ ਬੋਲ ਰਹੇ ਹਾਂ ਪੜ੍ਹ, ਪੜ੍ਹ ਇੱਕ ਭਾਵੰਸ਼ ਹੈ ਜਿਸ ਦਾ ਸਭ ਤੋਂ ਛੋਟੀ ਤੋਂ ਛੋਟੀ ਹੈ, ਕਿਉਂਕਿ ਇਸ ਨੂੰ ਅੱਗੇ ਅਸੀਂ ਹੋਰ ਨਹੀਂ ਭਾਗਾਂ 'ਚ ਨਹੀਂ ਤੋੜ ਸਕਦੇ। ਛੋਟੇ ਤੋਂ ਜੋ ਪੜ੍ਹ, ਲੜ, ਕਰ, ਮਰ, ਡਰ, ਇਹ ਜਿੰਨੇ ਵੀ ਮੈਂ ਅੰਸ਼ ਬੋਲੇ ਨੇ ਭਾਵੰਸ਼ ਹਨ, ਕਿਉਂਕਿ ਇਹ ਵਧਾਏ ਤਾਂ ਜਾ ਸਕਦੇ ਆ ਪਰ ਘਟਾਏ ਨਹੀਂ ਜਾ ਸਕਦੇ। ਇਸ ਕਰਕੇ ਭਾਸ਼ਾ ਦੀ ਛੋਟੀ ਤੋਂ ਛੋਟੀ ਸਾਰਥਕ ਅਰਥਪੂਰਨ ਇਕਾਈ ਹਨ। ਭਾਵੰਸ਼ ਦਾ ਜੇਕਰ ਵਰਗੀਕਰਨ ਕਰੀਏ ਤੇ ਭਾਵੰਸ਼ ਨੂੰ ਰੂਪ ਦੇ ਆਧਾਰ ਤੇ, ਬਣਤਰ ਦੇ ਆਧਾਰ ਤੇ ਕਾਰਜ ਦੇ ਆਧਾਰ ਉੱਤੇ ਵਰਗੀਕ੍ਰਿਤ ਕੀਤਾ ਜਾਂਦਾ ਹੈ। ਰੂਪ ਦੇ ਆਧਾਰ ਤੇ ਭਾਵੰਸ਼ਾਂ ਨੂੰ ਦੋ ਭਾਗਾਂ 'ਚ ਵੰਡਿਆ ਜਾ ਸਕਦਾ ਹੈ। ਪਹਿਲਾ ਭਾਗ ਹੈ ਧਾਤੂ। ਹੁਣ ਧਾਤੂ ਕੀ ਹੁੰਦਾ? ਧਾਤੂ ਮੂਲ ਅਰਥਾਂ ਦਾ ਧਾਰਨੀ ਹੈ। ਇਹ ਧਾਤੂ ਦਾ ਭਾਵ ਰੂਟਸ, ਭਾਵ ਜਿਹੜੇ ਸ਼ਬਦ ਅੱਗੇ ਤੋੜੇ ਨਹੀਂ ਜਾ ਸਕਦੇ ਉਹਨਾਂ ਦੇ ਇੱਕ ਸਮੂਹ ਨੂੰ ਧਾਤੂ ਕਹਿੰਦੇ ਹਨ। ਇਸ ਨਾਲ ਕਿਸੇ ਪ੍ਰਕਾਰ ਦੇ ਵਿਦੇਤਰ ਜਾਂ ਵਿਦੇਤਰ ਤੋਂ ਕੀ ਭਾਵ ਹੈ? ਅੱਗੇ ਜਾਂ ਪਿੱਛੇ ਲੱਗਣ ਵਾਲੇ ਸ਼ਬਦਾਂ ਦੀ ਵਰਤੋਂ ਨਹੀਂ ਹੁੰਦੀ। ਇੰਜ ਧਾਤੂ ਭਾਵਾਂ ਸ਼ਬਦ ਦਾ ਉਹ ਹਿੱਸਾ ਹੈ ਜੋ ਵਿਦੇਤਰ ਹਟਾਉਣ ਤੋਂ ਬਾਅਦ ਬਚਦਾ ਹੈ, ਜਿਵੇਂ ਪੜ, ਜਾ, ਚੋਰ, ਖੇਡ, ਸੁਖ ਆਦਿ। ਇਹ ਮੂਲ ਸ਼ਬਦ ਨੇ, ਇਹਨਾਂ ਨੂੰ ਅੱਗੋਂ ਅਗੇਤਰ ਲਾ ਸਕਦੇ ਹਾਂ। ਪੜ੍ਹ ਤੋਂ ਅਨਪੜ੍ਹ, ਜਾ ਤੋਂ ਜਾਣਾ, ਚੋਰ ਤੋਂ ਚੋਰਨੀ, ਖੇਡ ਤੋਂ ਖੇਡਣਾ, ਸੁਖ ਤੋਂ ਸੁਖੀ, ਪਰ ਅਸੀਂ ਇਹਨੂੰ ਹੋਰ ਜ਼ਿਆਦਾ ਛੋਟਾ ਨਹੀਂ ਕਰ ਸਕਦੇ। ਮੂਲ ਸ਼ਬਦ ਹਨ ਜਾਂ ਧਾਤੂ। ਹੁਣ ਵਿਦੇਤਰ ਕੀ ਨੇ? ਵਿਦੇਤਰ ਹੈ ਧਾਤੂ ਨਾਲ ਜੁੜ ਕੇ ਆਉਣ ਵਾਲੇ ਭਾਵੰਸ਼ਾਂ ਨੂੰ ਵਿਦੇਤਰ ਕਿਹਾ ਜਾਂਦਾ ਹੈ। ਵਿਦੇਤਰ ਧਾਤੂ ਭਾਵੰਸ਼ ਦੇ ਅੱਗੇ ਵੀ ਜੁੜ ਸਕਦੇ ਹਨ ਤੇ ਨਵੇਂ ਸ਼ਬਦਾਂ ਦੀ ਸਿਰਜਣਾ ਜਿਹੜੀ ਹੈ ਉਹ ਵੀ ਕਰ ਸਕਦੇ ਹਨ। ਜਿਸ ਤਰ੍ਹਾਂ ਅਸੀਂ ਅੱਜ ਅਸੀਂ ਗੱਲ ਕਰ ਰਹੇ ਸੀ ਵਿਦੇਤਰ, ਵਿਦੇਤਰ ਜਿਹੜੇ ਕਿਸੇ ਸ਼ਬਦ ਦੇ ਮੂਲ ਸ਼ਬਦ ਦੇ ਅੱਗੇ ਜਾਂ ਪਿੱਛੇ ਲੱਗ ਕੇ ਉਸਨੂੰ ਵਧਾਉਂਦੇ ਹਨ ਵਿਦੇਤਰ ਕਹਿੰਦੇ ਹਨ। ਧਾਤੂ ਤੋਂ ਸਮਝ ਗਏ ਹੋ ਜਿਹੜਾ ਬੇਸਿਕ ਸ਼ਬਦ ਹੈ ਜਿਹਦੇ ਅੱਗੇ ਜਾਂ ਪਿੱਛੇ ਕੁਝ ਲੱਗ ਸਕਦਾ, ਜਿਵੇਂ ਪੜ੍ਹ ਤੋਂ ਪੜ੍ਹਾਈ, ਜਾ ਤੋਂ ਜਾਵਾਂ, ਚੋਰ ਤੋਂ ਚੋਰਨੀ, ਖੇਡ ਤੋਂ ਖੇਡੀ ਆਦਿ। ਵਿਦੇਤਰ ਜਿਹੜੇ ਹਨ ਉਹਨਾਂ ਨੂੰ ਅਸੀਂ ਦੋ ਭਾਗਾਂ 'ਚ ਵੰਡ ਸਕਦੇ ਹਾਂ। ਇੱਕ ਰੂਪ ਦੇ ਆਧਾਰ ਤੇ ਤਿੰਨ ਪ੍ਰਕਾਰ ਦੇ ਵਿਦੇਤਰ ਆ, ਅਗੇਤਰ, ਮਧੇਤਰ ਤੇ ਪਛੇਤਰ। ਪੰਜਾਬੀ ਵਿੱਚ ਅਗੇਤਰ ਅਤੇ ਪਛੇਤਰ ਦੀ ਵਰਤੋਂ ਜਿਹੜੀ ਆ ਉਹ ਜ਼ਿਆਦਾ ਮਿਲਦੀ ਆ, ਵਿਚਕਾਰ ਵਾਲੇ ਨਹੀਂ ਮਿਲਦੇ। ਅਗੇਤਰ
ਉਹ ਭਾਵ ਅੰਸ਼ ਨੇ, ਮਤਲਬ ਅਗੇਤਰ ਵੀ ਇੱਕ ਭਾਵ ਅੰਸ਼ ਹੀ ਆ, ਜਿਵੇਂ ਮੈਂ ਪੜ੍ਹਾਈ ਦੇ ਵਿੱਚ ਇਹੀ ਬੋਲਿਆ ਨਾ, ਇਹ ਭਾਵ ਅੰਸ਼ ਆ, ਜਾਵਾਂ ਚ ਵਾਂ ਬੋਲਿਆ ਇਹ ਭਾਵ ਅੰਸ਼ ਆ, ਚੋਰ ਚ ਨੀ ਬੋਲਿਆ ਇਹ ਭਾਵ ਅੰਸ਼ ਆ, ਪਰ ਇਹ ਅਜਿਹੇ ਭਾਵ ਅੰਸ਼ ਨੇ ਜਿਹੜੇ ਪਿਛੇਤਰ ਦੇ ਤੌਰ ਤੇ ਆ ਰਹੇ ਹਨ, ਤੇ ਅਗੇਤਰ ਜਿਹੜੇ ਧਾਤੂ ਦੇ ਅੱਗੇ ਲੱਗ ਕੇ ਨਵੇਂ ਸ਼ਬਦ ਬਣਾਉਂਦੇ ਆ ਉਹਨਾਂ ਨੂੰ ਅਗੇਤਰ ਕਹਿੰਦੇ ਹਨ, ਜਿਵੇਂ ਬੇਗੁਨਾਹ, ਅਣਜਾਣ, ਨਿਰਸਵਾਰਥ ਆਦਿ, ਤੇ ਪਿਛੇਤਰ ਜਿਹੜੇ ਕਿਸੇ ਧਾਤੂ ਦੇ ਪਿੱਛੇ ਲੱਗ ਕੇ ਨਵੇਂ ਸ਼ਬਦਾਂ ਦੀ ਸਿਰਜਣਾ ਕਰਦੇ ਹਨ ਉਹਨਾਂ ਨੂੰ ਪਿਛੇਤਰ ਕਹਿੰਦੇ ਹਨ, ਜਿਵੇਂ ਬੁਰਾ ਤੋਂ ਬੁਰਾਈ, ਮੁੱਲ ਤੋਂ ਮੁੱਲਵਾਨ, ਇੱਜ਼ਤ ਇੱਜ਼ਤਦਾਰ, ਸੋਹਜ ਮੂਲ ਧਾਤੂ ਹੈ ਤੇ ਮਈ ਉਹਦੇ ਪਿੱਛੇ ਲੱਗਾ। ਦੇਖੋ ਸਾਰਾ ਇਸ ਪੁਸਤਕ ਦੀ ਰਚਨਹਾਰ ਨੇ, ਲੇਖਕਾਂ ਨੇ ਇਹ ਸਾਰਾ ਇੱਥੇ ਕਲੀਅਰ ਕੀਤਾ ਹੋਇਆ, ਮੈਂ ਸਿਰਫ ਤੁਹਾਡੇ ਤੱਕ ਹੀ ਪਹੁੰਚਾ ਰਹੀ ਹਾਂ। ਕਾਰਜ ਦੇ ਪੱਖ ਤੋਂ ਵਧੇਤਰ ਦੋ ਤਰ੍ਹਾਂ ਦੇ ਆ, ਇੱਕ ਰੂਪਾਂਤਰੀ ਵਧੇਤਰ ਹੈ, ਉਹ ਨੇ ਜਿਹੜੇ ਧਾਤੂ ਦੇ ਅਖੀਰ ਵਿੱਚ ਆਉਂਦੇ ਆ ਤੇ ਪਿਛੇਤਰ ਦੇ ਤੌਰ ਤੇ ਆਉਂਦੇ ਆ, ਤੇ ਜਿਹੜੇ ਕਿਸੇ ਸ਼ਬਦ ਨੂੰ ਬਦਲਦੇ ਨਹੀਂ ਆ, ਉਹਨੂੰ ਸ਼ਬਦ ਦਾ ਜਿਸ ਨਾਲ ਜੁੜ, ਉਹਦੇ ਨਾਲ ਜੁੜ ਕੇ ਰੂਪ ਨਹੀਂ ਬਦਲਦੇ ਉਹਦਾ, ਉਹਦੀ ਕੋਈ ਸ਼੍ਰੇਣੀ ਬਦਲ ਦਿੰਦੇ ਆ, ਜਿਸ ਤਰ੍ਹਾਂ ਪੜ੍ਹ ਤੋਂ ਪੜ੍ਹਦੇ, ਪੜ੍ਹਦੀ, ਪੜ੍ਹਦੀਆਂ, ਪੜ੍ਹਦਿਆਂ। ਤਾਂ ਇਹਦੇ ਵਿੱਚ ਅਸੀਂ ਦੇਖਿਆ ਕਿ ਕੋਈ ਵੀ ਸ਼ਬਦ ਮੂਲ ਤੌਰ ਤੇ ਬਦਲਿਆ ਨਹੀਂ, ਪਰ ਉਹਦੇ ਪਿੱਛੇ ਲੱਗ ਕੇ ਬਸ ਉਹ ਸ਼ਬਦ ਦਾ ਵਿਸਥਾਰ ਹੋਇਆ। ਤੇ ਵਿਉਂਤਪਤ ਵਧੇਤਰ ਕਿਹੜੇ ਆ, ਜਿਹੜੇ ਕਿਸੇ ਧਾਤੂ ਦੇ ਸ਼ੁਰੂ ਵਿੱਚ ਜਾਂ ਅਖੀਰ ਵਿੱਚ ਲੱਗ ਕੇ ਇੱਕ ਨਵਾਂ ਸ਼ਬਦ ਬਣਾ ਦਿੰਦੇ, ਜਿਸ ਤਰ੍ਹਾਂ ਪੜ੍ਹਿਆ, ਪੜ੍ਹ ਦੇ ਅੱਗੇ ਜੇ ਅਸੀਂ ਅਨ ਲਾ ਦਈਏ ਤਾਂ ਬਿਲਕੁਲ ਸ਼ਬਦ ਦੀ ਸੈਂਸ ਬਦਲ ਗਈ, ਪੜ੍ਹ ਪੋਜ਼ਿਟਿਵ ਸ਼ਬਦ ਸੀ ਤੇ ਅਨਪੜ੍ਹ ਨੈਗੇਟਿਵ ਹੋ ਗਿਆ, ਇਸੇ ਪ੍ਰਕਾਰ ਉਪਭਾਸ਼ਾ ਦੇ ਅੱਗੇ ਉਪ ਲਾਤਾ ਤਾਂ ਨਵਾਂ ਸ਼ਬਦ ਬਣ ਗਿਆ ਉਪਭਾਸ਼ਾ। ਉਪਰੋਕਤ ਪਹਿਲੇ ਧਾਤੂ ਵਿੱਚ ਵਿਉਂਤਪਤ ਅਗੇਤਰ ਦੀ ਵਰਤੋਂ ਉਪਰੰਤ ਮੂਲ ਸ਼ਬਦ ਬਦਲ ਗਿਆ, ਮਤਲਬ ਜਿਵੇਂ ਉੱਪਰ ਵਾਲਿਆਂ ਦੇ ਵਿੱਚ ਜਿਵੇਂ ਇਹਦੇ ਚ ਪੜ੍ਹ ਦੇ ਨਾਲ ਆਉਣ ਲੱਗ ਗਿਆ ਤੇ ਸ਼ਬਦ ਬਦਲ ਗਿਆ, ਪਰ ਇਸ ਤੋਂ ਪਹਿਲਾਂ ਰੂਪਾਂਤਰੀ ਵਾਲੇ ਚ ਪੜ੍ਹ ਨਾਲ ਪੜ੍ਹਦਾ, ਪੜ੍ਹਦੀ ਲਾਇਆ ਤੇ ਕੋਈ ਰੂਪ ਨਹੀਂ ਬਦਲਿਆ ਸ਼ਬਦ ਦਾ, ਸ਼ਬਦ ਦੀ ਸੈਂਸ ਨਹੀਂ ਬਦਲੀ। ਉਪਰੋਕਤ ਪਹਿਲੇ ਧਾਤੂ ਵਿੱਚ ਵਿਉਂਤਪਤ ਅਗੇਤਰ ਦੀ ਵਰਤੋਂ ਉਪਰੰਤ ਮੂਲ ਸ਼ਬਦ ਦੀ ਸ਼੍ਰੇਣੀ ਬਦਲ ਗਈ, ਜਦਕਿ ਦੂਜੇ ਧਾਤੂ ਵਿੱਚ ਵਿਉਂਤਪਤ ਅਗੇਤਰ ਦੀ ਵਰਤੋਂ ਉਪਰੰਤ ਮੁੱਖ ਸ਼ਬਦ ਦੀ ਸ਼੍ਰੇਣੀ ਵਿੱਚ ਕੋਈ ਪਰਿਵਰਤਨ ਨਹੀਂ ਆਇਆ, ਜਿਵੇਂ ਸੁੰਦਰ ਦੇ ਪਿੱਛੇ ਸੁੰਦਰਤਾ, ਵੱਧ ਤੋਂ ਪਿੱਛੇ ਵਧਾਏ ਵਧੀਆ, ਤਾਂ ਕੋਈ ਪਰਿਵਰਤਨ ਨਹੀਂ ਆਇਆ। ਤੇ ਜਿੱਥੇ ਪਰਿਵਰਤਨ ਆਉਂਦਾ ਆ ਉਸ ਨੂੰ ਅਸੀਂ ਕਹਿ ਦਿੰਦੇ ਹਾਂ ਵਿਉਂਤਪਤ ਪਿਛੇਤਰ, ਜਿੱਥੇ ਪਰਿਵਰਤਨ ਨਹੀਂ ਆਉਂਦਾ ਉਹਨੂੰ ਕਹਿੰਦੇ ਰੂਪਾਂਤਰੀ ਪਿਛੇਤਰ। ਹੁਣ ਕਾਰਜ ਦੇ ਆਧਾਰ ਤੇ ਭਾਵੰਸ਼, ਕਾਰਜ ਦੇ ਆਧਾਰ ਤੇ ਭਾਵੰਸ਼ ਦੋ ਭਾਗਾਂ 'ਚ ਆ ਸਕਦੇ ਆ, ਸੁਤੰਤਰ ਭਾਵੰਸ਼, ਜਿਹੜੇ ਭਾਵੰਸ਼ ਆਪਣੇ ਆਪ ਵਿੱਚ ਸੁਤੰਤਰ ਹੁੰਦੇ ਆ ਉਹਨਾਂ ਨੂੰ ਸੁਤੰਤਰ ਕਹਿੰਦੇ ਆ, ਜਿਵੇਂ ਇਕੱਲੇ ਇਕੱਲੇ ਆ ਸਕਦੇ ਆ, ਅੱਖ, ਸੱਚ, ਸੈਰ, ਖੇਡ, ਬੰਦ, ਤੇ ਜੁੜਵੇਂ, ਜਿਹੜੇ ਭਾਵੰਸ਼ ਇਕੱਲੇ ਆਪਣੀ ਪਛਾਣ ਨਹੀਂ ਦਿੰਦੇ ਸਗੋਂ ਸੁਤੰਤਰ ਭਾਵਾਂਸ਼ਾਂ ਨਾਲ ਜੁੜ ਕੇ ਆਉਂਦੇ ਆ ਉਹਨਾਂ ਨੂੰ ਅਸੀਂ ਜੁੜਵੇਂ ਭਾਵੰਸ਼ ਕਹਿੰਦੇ ਹਾਂ। ਜਿਹੜੇ ਸੁਤੰਤਰ ਨੇ, ਅੱਖ ਇਕੱਲਾ ਵੀ ਆ ਗਿਆ, ਸੱਚ ਇਕੱਲਾ ਆ ਗਿਆ, ਸੈਰ ਇਕੱਲਾ ਆ ਗਿਆ, ਸੁਤੰਤਰ ਭਾਵੰਸ਼ ਨੇ। ਤੇ ਜੁੜਵੇਂ ਕਿਹੜੇ ਨੇ, ਜਿਹੜੇ ਕਿਸੇ ਇੱਕ ਮੂਲ ਭਾਵੰਸ਼ ਦੇ ਪਿੱਛੇ ਲੱਗ ਕੇ ਆਉਂਦੇ, ਜਿਵੇਂ ਅੱਖ ਦੇ ਨਾਲ ਆ, ਅੱਖਾਂ, ਆ ਜਿਹੜਾ ਭਾਵੰਸ਼ ਆ ਇਹ ਵੀ ਛੋਟੇ ਤੋਂ ਛੋਟਾ ਆ, ਪਰ ਇਹ ਇਕੱਲਾ ਨਹੀਂ ਆ ਸਕਦਾ, ਇਹ ਕਿਸੇ ਨਾਲ ਜੁੜ ਕੇ ਆਏਗਾ। ਇਸ ਤਰ੍ਹਾਂ ਈ, ਸੱਚੀ, ਈ ਜਿਹੜਾ ਆਇਆ ਇਕੱਲਾ ਨਹੀਂ ਆ ਸਕਦਾ, ਸਹਿਜੇ ਇਹ ਇਕੱਲਾ ਨਹੀਂ ਆ ਸਕਦਾ। ਇਸ ਤਰ੍ਹਾਂ ਪਿਆਰੇ ਵਿਦਿਆਰਥੀਓ ਤੁਸੀਂ ਸਮਝ ਗਏ ਕਿ ਭਾਵੰਸ਼ ਇੱਕ ਮੂਲ ਸ਼ਬਦ ਹੁੰਦਾ ਆ ਜਿਹੜਾ ਹੋਰ ਅੱਗੇ ਨਹੀਂ ਤੋੜਿਆ ਜਾ ਸਕਦਾ, ਤੇ ਉਹਦੇ ਨਾਲ ਜਿਹੜਾ ਕੋਈ ਹੋਰ ਇੱਕ ਛੋਟਾ ਭਾਵੰਸ਼ ਲੱਗਦਾ ਆ ਉਹ ਜਾਂ ਤੇ ਵਿਦੇਤਰ ਹੁੰਦਾ ਜਾਂ ਅਗੇਤਰ ਹੁੰਦਾ ਆ, ਤੇ ਉਹ ਅੱਗੇ ਅਰਥਪੂਰਨ ਨਹੀਂ ਹੁੰਦਾ, ਪਰ ਉਹ ਅਰਥਪੂਰਨ ਉਦੋਂ ਹੁੰਦਾ ਜਦੋਂ ਕਿਸੇ ਮੁੱਖ ਭਾਵੰਸ਼ ਦੇ ਨਾਲ ਜੁੜਦਾ ਹੈ। ਇਸ ਪ੍ਰਕਾਰ ਭਾਵੰਸ਼ ਦਾ ਚਾਰਟ ਤੁਸੀਂ ਦੇਖ ਸਕਦੇ ਹੋ, ਰੂਪ ਦੇ ਆਧਾਰ ਤੇ ਧਾਤੂ ਤੇ ਵਿਦੇਤਰ, ਕਾਰਜ ਦੇ ਆਧਾਰ ਤੇ ਸੁਤੰਤਰ ਭਾਵੰਸ਼, ਜੁੜਵੇਂ ਭਾਵੰਸ਼, ਫਿਰ ਕਾਰਜ ਦੇ ਆਧਾਰ ਤੇ ਰੂਪਾਂਤਰੀ ਵਿਦੇਤਰ, ਵਿਉਂਤਪਤ ਵਿਦੇਤਰ ਤੇ ਪਿਛੇਤਰ, ਰੂਪਾਂਤਰੀ ਵਿਦੇਤਰ ਤੇ ਪਿਛੇਤਰ, ਵਿਉਂਤਪਤੀ ਵਿਦੇਤਰ ਤੇ ਅਗੇਤਰ ਤੇ ਪਿਛੇਤਰ। ਇਹ ਤੁਸੀਂ ਫਲੋ ਚਾਰਟ ਦੇਖ ਕੇ ਪੇਪਰ ਦੇ ਵਿੱਚ ਇਹਨੂੰ ਕਰ ਸਕਦੇ ਹੋ।
ਤੇ ਇਹ ਛੋਟਾ ਜਿਹਾ ਪ੍ਰਸ਼ਨ ਹੈ, ਪਰ ਇਸ ਨੂੰ ਤੁਸੀਂ ਬਹੁਤ ਧਿਆਨ ਨਾਲ ਕਰਕੇ 20 ਅੰਕਾਂ ਅਨੁਸਾਰ ਲੈ ਸਕਦੇ ਹੋ।